ਸਤਿ ਸ਼੍ਰੀ ਅਕਾਲ ਸੰਜੀ ਸੋਚ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਹਾਲੀ ਜਜ਼ਬਾਤ ਜਿਸ ਵਿੱਚ ਅਕਸਰ ਗੱਲ ਹੁੰਦੀ ਹੈ ਦਿਲਾਂ ਦੀ ਪਿਆਰ ਦੀ ਜਜ਼ਬਾਤਾਂ ਦੀ ਕੁਝ ਅਣ ਸੁਣੀਆਂ ਅਣ ਕਹੀਆਂ ਕਹਾਣੀਆਂ ਦੀ ਕੁਝ ਗਮਗੀਨ ਤੇ ਕੁਝ ਮਨ ਨੂੰ ਝੰਜੋੜਦੀਆਂ ਕੁਝ ਇਨਸਪੀਰੇਸ਼ਨਲ ਤੇ ਮੋਟੀਵੇਸ਼ਨਲ ਕਹਾਣੀਆਂ ਦੀ ਤੇ ਅੱਜ ਫਿਰ ਇੱਕ ਨਵੇਂ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਝੋਲੇ ਵਾਲੇ ਰਾਜੇ ਦੀ ਬਲਵਿੰਦਰ ਸਿੰਘ ਚਾਹਲ ਲਿਖਦੇ ਨੇ ਕਹਿੰਦੇ ਖੱਦਰ ਦਾ ਚਿੱਟਾ ਕੁੜਤਾ ਤੇੜ ਚਿੱਟੀ ਚਾਦਰ ਮੋਢੇ ਤੇ ਬਰੀਕ ਡੱਬੀਆਂ ਵਾਲਾ ਸਾਫਾ ਬਿਲਕੁਲ ਸਾਦਾ ਜਿਹਾ ਪਹਿਰਾਵਾ ਤੇ ਸਿਰ ਤੇ ਸਦਾ ਚਿੱਟੇ ਰੰਗ ਦੀ ਪੱਗ ਬੰਨ ਕੇ ਰੱਖਦਾ ਸੀ ਲੈਣਾ ਸਿੰਘ ਲੈਣਾ ਸਿੰਘ ਜਿਸ ਨੂੰ ਪਿੰਡ ਦੇ ਸਾਰੇ ਬੰਦੇ ਰਾਜਾ ਜਾਂ ਉਸ ਦੇ ਨਾਮ ਨਾਲ ਸੰਬੋਧਨ ਕਰਦੇ ਸੀ ਜਦੋਂ ਕਿ ਮੁੰਡੇ ਖੁੰਡੇ ਉਹਨੂੰ ਤਾਇਆ ਕਹਿ ਕੇ ਬੁਲਾਇਆ ਕਰਦੇ ਪਹਿਲੇ ਸਮਿਆਂ ਦੇ ਵਿੱਚ ਪੰਜਾਬ ਦੇ ਪਿੰਡਾਂ 'ਚ ਲਾਗੀਆਂ ਦਾ ਕੰਮ ਕਰਨ ਵਾਲੇ ਨੂੰ ਰਾਜਾ ਕਹਿੰਦੇ ਹੁੰਦੇ ਸੀਗੇ ਤੇ ਤੁਸੀਂ ਸੋਚਦੇ ਹੋਮੋਗੇ ਵੀ ਰਾਜਾ ਤਾਂ ਸਾਨੂੰ ਪਤਾ ਇੱਕ ਤਾਂ ਰਾਜਾ ਹੁੰਦਾ ਜਿਹੜਾ ਰਾਜ ਕਰਦਾ ਇੱਕ ਰਾਜਾ ਲਾਗੀ ਨੂੰ ਕਹਿੰਦੇ ਨੇ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਲਾਗੀ ਕੀ ਹੁੰਦਾ ਲਾਗੀ ਵਿਆਹਾਂ ਸ਼ਾਦੀਆਂ ਦੇ ਵਿੱਚ ਸਹੁਰੇ ਤੇ ਪੇਕੇ ਪਰਿਵਾਰ ਦੋਵਾਂ ਦੇ ਕੰਮ ਕਰਦੇ ਹੁੰਦੇ ਨੇ ਭਾਵੇਂ ਉਹ ਘਰ ਦੇ ਕੰਮਾਂ 'ਚ ਵੀ ਹੱਥ ਵਟਾਉਂਦੇ ਨੇ ਤੇ ਨਾਲ ਹੀ ਜਿੰਨਾ ਵੀ ਸ਼ਗਨ ਵਗੈਰਾ ਹੁੰਦਾ ਉਹ ਆਪਾਂ ਉੱਤੋਂ ਦੀ ਵਾਰ ਕੇ ਮੁੰਡੇ ਜਾਂ ਕੁੜੀ ਦੇ ਉਹ ਲਾਗੀਆਂ ਨੂੰ ਦਿੰਨੇ ਹੁੰਦੇ ਆ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਇਹ ਅੱਜ ਵੀ ਹੁੰਦੇ ਨੇ ਪਰ ਅੱਜ ਦੀ ਜਨਰੇਸ਼ਨ ਨੂੰ ਮਾਡਰਨਾਈਜੇਸ਼ਨ ਚ ਜੋ ਫਸੀ ਹੋਈ ਹੈ ਉਹਨਾਂ ਨੂੰ ਸ਼ਾਇਦ ਲੱਗ ਗਿਆ ਨਾ ਨਹੀਂ ਪਤਾ ਪਰ ਜਿਹੜੇ ਵੀ ਸਰੋਤੇ ਇਹ ਗੱਲ ਸੁਣ ਰਹੇ ਨੇ ਜਾਂ ਫਿਰ ਜਿਹੜੇ ਇਹਨਾਂ ਬਾਰੇ ਜਾਣਦੇ ਨੇ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਣ ਸੋ ਇਹ ਕੰਮ ਵੀ ਜ਼ਿਆਦਾਤਰ ਨਾਈ ਜਾਤੀ ਦੇ ਲੋਕ ਕਰਿਆ ਕਰਦੇ ਸੀਗੇ ਸਾਰੇ ਸਾਲ ਇਹ ਲੋਕ ਆਪਣੇ ਕੰਮ ਦੇ ਨਾਲ-ਨਾਲ ਜਿੰਨੇ ਵੀ ਪਿੰਡੂ ਲੋਕਾਂ ਦੇ ਹਰ ਤਰ੍ਹਾਂ ਦੇ ਦਿਨ ਸੁਧ ਤੇ ਕਾਰਜ ਹੁੰਦੇ ਸੀਗੇ ਭਾਵੇਂ ਕਿ ਚੰਗੇ ਮਾੜੇ ਦਿਨ ਗਮੀ ਹੈ ਜਾਂ ਖੁਸ਼ੀ ਹੈ ਦਿਨ ਸੁਧ ਕੋਈ ਵੀ ਚੰਗਾ ਕਾਰਜ ਕੋਈ ਵੀ ਗਮੀ ਦਾ ਮਾਹੌਲ ਜਾਂ ਕੁਝ ਵੀ ਪਿੰਡ ਦੇ ਵਿੱਚ ਕੋਈ ਕਾਰਜ ਹੋਣਾ ਇਹ ਲੋਕ ਉਹ ਕੰਮ ਕਰਿਆ ਕਰਦੇ ਹੁੰਦੇ ਸੀ ਤੇ ਨਾਲ-ਨਾਲ ਆਪਣੀ ਸੇਪੀ ਵੀ ਕਰਦੇ ਸੀਗੇ ਪਹਿਲਾਂ ਲੋਕ ਇਸੇ ਤਰ੍ਹਾਂ ਗੁਜ਼ਾਰਾ ਚੱਲਦੇ ਸੀਗੇ ਇੱਕ ਦੂਜੇ ਦੇ ਲੋਕ ਲੋੜਾਂ ਤੱਕ ਸੀਮਤ ਨਹੀਂ ਸੀ ਹੁੰਦੇ ਜਾਂ ਨਿਰਭਰ ਨਹੀਂ ਸੀ ਹੁੰਦੇ ਸਗੋਂ ਦੁੱਖ-ਸੁਖ ਤੇ ਵੀ ਸ਼ਰੀਕ ਹੁੰਦੇ ਸੀ ਭਾਵ ਕਿ ਅੱਜ ਦੇ ਲੋਕ ਜਿੱਦਾਂ ਕਿ ਹਨਾ ਜੇ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਉਹਨੂੰ ਉਦੋਂ ਹੀ ਯਾਦ ਕਰਦੇ ਆ ਹਨਾ ਦੁੱਖ-ਸੁਖ ਤੱਕ ਸੀਮਤ ਨਹੀਂ ਹੁੰਦੇ ਦੁੱਖ-ਸੁਖ ਤੇ ਸ਼ਰੀਕ ਨਹੀਂ ਹੁੰਦੇ ਜ ਜ ਉਹਦੇ ਚੰਗੇ ਮਾੜੇ ਕੰਮਾਂ 'ਚ ਸਾਥ ਨਹੀਂ ਦਿੰਦੇ ਸਿਰਫ ਆਪਣੀ ਲੋੜ ਅਨੁਸਾਰ ਹੀ ਉਸ ਬੰਦੇ ਨੂੰ ਯਾਦ ਕਰਦੇ ਨੇ ਉਦੋਂ ਹੀ ਉਸਤੇ ਨਿਰਭਰ ਹੁੰਦੇ ਨੇ ਜਦੋਂ ਉਹਨੂੰ ਆਪਣਾ ਕੰਮ ਦਿਖਾਈ ਦਿੰਦਾ ਪਰ ਲੈਣਾ ਸਿੰਘ ਨੇ ਆਪਣੇ ਸਾਈਕਲ ਦੇ ਨਾਲ ਨਾਲ ਇੱਕ ਝੋਲਾ ਟੰਗਿਆ ਹੁੰਦਾ ਸੀ ਕਦੇ-ਕਦੇ ਸਾਈਕਲ ਤੇ ਝੋਲੇ ਦੀ ਜਗ੍ਹਾ ਇੱਕ ਖੁਰਪਾ ਹੁੰਦਾ ਚੋਲੇ ਦੇ ਵਿੱਚ ਉਹ ਆਪਣੇ ਸੰਦ ਰੱਖਦਾ ਜਿਨ੍ਹਾਂ ਨਾਲ ਉਹ ਆਪਣੀ ਸੇਪੀ ਕਰਿਆ ਕਰਦਾ ਸੀ ਉਸ ਦੀ ਸੇਪੀ ਹੁੰਦੀ ਸੀ ਵਾਲ ਕੱਟਣੇ ਪਾ ਉਹ ਨਾਈ ਦਾ ਕੰਮ ਕਰਦਾ ਸੀਗਾ ਉਹ ਕਹਿੰਦੇ ਮੈਂ ਸੇਪੀ ਇਸ ਲਈ ਲਿਖਿਆ ਕਿਉਂਕਿ ਉਹ ਵਾਲ ਕੱਟਣ ਦੇ ਪੈਸੇ ਨਹੀਂ ਸੀ ਲੈਂਦਾ ਸੋ ਗੁਹਾੜੀ ਸੋਣੀ ਤੇ ਦਾਣੇ ਤੂੜੀ ਆਦਿ ਜਾਂ ਹੋਰ ਇਸ ਤਰ੍ਹਾਂ ਦਾ ਸਮਾਨ ਲਿਆ ਕਰਦਾ ਸੀ ਹੁਣ ਇਸ ਗੱਲ ਨੂੰ ਮੈਂ ਸਮਝਾਉਣੀ ਆ ਕਿ ਸੇਪੀ ਇਸ ਕਰਕੇ ਉਹ ਕਹਿੰਦੇ ਨੇ ਕਿਉਂਕਿ ਹੁਣ ਜਿਵੇਂ ਆਪਾਂ ਵਾਲ ਕਟਾਉਣ ਜਾਂਦੇ ਆ ਤਾਂ ਆਪਾਂ ਵਾਲ ਕੱਟਣ ਦੇ ਬਦਲੇ ਪੈਸੇ ਦਿੰਨੇ ਆ ਲੇ ਵਾਲ ਕੱਟਣ ਬਦਲੇ ਨਹੀਂ ਆਪਣੀਆਂ ਹੋਰ ਵੀ ਜਿੰਨੀਆਂ ਵੀ ਲੋੜਾਂ ਜਾਂ ਜ਼ਰੂਰਤਾਂ ਹੁੰਦੀਆਂ ਨੇ ਆਪਾਂ ਕੋਈ ਚੀਜ਼ ਬਾਜ਼ਾਰੋਂ ਲੈ ਕੇ ਆਉਨੇ ਆ ਤਾਂ ਆਪਾਂ ਉਹਦੇ ਬਦਲੇ ਪੈਸੇ ਦਿੰਨੇ ਆ ਤਾਂ ਉਸ ਟਾਈਮ ਦੇ ਵਿੱਚ ਅ ਪੈਸੇ ਨਹੀਂ ਸੀ ਉਹ ਲੈਂਦਾ ਉਹਦੇ ਬਦਲੇ ਆਪਣੀ ਜ਼ਰੂਰਤ ਦਾ ਸਮਾਨ ਲੈਂਦਾ ਸੀ ਜਿਵੇਂ ਘਰ ਦੇ ਵਿੱਚ ਹਨਾ ਕੋਈ ਵੀ ਸਮਾਨ ਦੀ ਤੁਹਾਨੂੰ ਜ਼ਰੂਰਤ ਪੈ ਗਈ ਦਾਣਿਆਂ ਦੀ ਜ਼ਰੂਰਤ ਪੈ ਗਈ ਭਾਵੇਂ ਕਿ ਕਿਹੜੇ ਦਾਣੇ ਮੱਕੀ ਦੇ ਦਾਣੇ ਹੋਗੇ ਕਣਕ ਦੇ ਦਾਣੇ ਹੋਗੇ ਤੂੜੀ ਹੋਗੀ ਜਿਹੜਾ ਵੀ ਉਹਦੇ ਘਰ ਦੇ ਵਿੱਚ ਯੂਜ਼ ਕਰਨ ਵਾਲਾ ਸਮਾਨ ਸੀਗਾ ਪੁਰਾਣੇ ਸਮਿਆਂ ਦੇ ਵਿੱਚ ਸ਼ਾਇਦ ਤੁਸੀਂ ਹਿਸਟਰੀ ਪੜ੍ਹੀ ਹੋਵੇਗੀ ਤਾਂ ਤੁਹਾਨੂੰ ਪਤਾ ਹੋਣਾ ਕਿ ਇੱਕ ਬਾਟਰ ਸਿਸਟਮ ਇੱਕ ਚੀਜ਼ ਹੁੰਦੀ ਸੀਗੀ ਬਾਟਰ ਸਿਸਟਮ ਦਾ ਮਤਲਬ ਹੁੰਦਾ ਸੀਗਾ ਕਿ ਚੀਜ਼ ਦੇ ਵਟੇ ਪੈਸੇ ਨਹੀਂ ਚੀਜ਼ ਦੇ ਵੱਟੇ ਚੀਜ਼ ਦੇਣਾ ਭਾਵ ਕਿ ਜੇ ਤੁਹਾਨੂੰ ਦਾਣੇ ਚਾਹੀਦੇ ਆ ਕਣਕ ਦੇ ਦਾਣੇ ਤਾਂ ਉਹਦੇ ਬਦਲੇ ਤੁਸੀਂ ਆਪਣੇ ਚੌਲ ਦੇ ਦੋ ਤੇ ਉਹਨਾਂ ਤੋਂ ਆਪਣੇ ਥੋੜੇ ਜਿਹਾ ਦਾਣੇ ਲੈ ਲਓ ਜੇ ਤੁਹਾਨੂੰ ਕਿਸੇ ਹੋਰ ਚੀਜ਼ ਦੀ ਲੋੜ ਹੈ ਤਾਂ ਤੁਸੀਂ ਆਪਣੇ ਘਰ ਦੇ ਵਿੱਚੋਂ ਯਾਨੀ ਕਿ ਵਾਰੀ ਵੱਟਾ ਕਿ ਤੁਸੀਂ ਕੋਈ ਚੀਜ਼ ਵਟਾ ਕੇ ਦੂਜੀ ਚੀਜ਼ ਉਹਦੇ ਤੋਂ ਉਸ ਬਦਲੇ ਲੈ ਲੈਣੀ ਤਾਂ ਇਹਨੂੰ ਬਾਟਰ ਸਿਸਟਮ ਕਹਿੰਦੇ ਹੁੰਦੇ ਸੀਗੇ ਉਦਾਂ ਹੀ ਉਹ ਕਰਦਾ ਹੁੰਦਾ ਸੀ ਲੈਣਾ ਸਿੰਘ ਕਿ ਆਪਣਾ ਕੋਈ ਵੀ ਜ਼ਰੂਰਤ ਦਾ ਸਮਾਨ ਉਹਨਾਂ ਲੋਕਾਂ ਤੋਂ ਲੈ ਲੈਂਦਾ ਸੀ ਵਾਲ ਕੱਟ ਕੇ ਪੈਸੇ ਦੀ ਬਜਾਏ ਤਾਂ ਖੁਰਪੇ ਨਾਲ ਫਿਰ ਉਹ ਕਹਿੰਦੇ ਪਿੰਡ ਦੇ ਵਿੱਚ ਹੋਣ ਵਾਲੇ ਛੋਟੇ-ਮੋਟੇ ਪ੍ਰੋਗਰਾਮਾਂ ਤੇ ਹਲਵਾਈ ਦਾ ਕੰਮ ਵੀ ਕਰਿਆ ਕਰਦਾ ਕਿਉਂਕਿ ਉਹ ਆਮ ਹੀ ਪਿੰਡਾਂ ਦੇ ਜ਼ਿਮੀਦਾਰਾਂ ਦੇ ਸਾਰੇ ਘਰਾਂ ਚ ਆਉਂਦਾ ਜਾਂਦਾ ਹੁੰਦਾ ਸੀਗਾ ਜਦੋਂ ਕਿਸੇ ਦੇ ਕੋਈ ਖੰਡ ਪਾੜ ਦਾ ਭੋਗ ਹੋਣਾ ਕਿਸੇ ਦਾ ਕੋਈ ਵਿਆਹ ਹੋਣਾ ਜਾਂ ਕਿਸੇ ਦੇ ਬਜ਼ੁਰਗਾਂ ਦਾ ਕੱਠ ਹੋਣਾ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਖੁਸ਼ੀ ਜਾਂ ਗਮੀ ਦਾ ਮਾਹੌਲ ਹੋਣਾ ਉਹ ਲੈਣਾ ਜਿਹੜਾ ਸਿੰਘ ਸੀਗਾ ਤੜਕੇ ਹੀ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਜਾਂਦਾ ਭਾਵਕੇ ਉਹਦੋਂ ਲੋਕ ਹੀ ਇਦਾਂ ਹੀ ਕਰਿਆ ਕਰਦੇ ਹੁੰਦੇ ਸੀ ਕਿ ਜਿੰਨੇ ਵੀ ਨਾਈ ਲੋਕ ਨੇ ਉਸ ਪਰਿਵਾਰ ਦੇ ਵਿੱਚ ਜਿੱਥੇ ਕੋਈ ਖੁਸ਼ੀ ਜਾਂ ਗਮੀ ਦਾ ਮਾਹੌਲ ਹੋਣਾ ਉਹਨਾਂ ਦੇ ਉੱਠਣ ਤੋਂ ਪਹਿਲਾਂ ਹੀ ਘਰ ਦੇ ਵਿੱਚ ਆ ਕੇ ਪਹੁੰਚ ਜਾਂਦੇ ਕਿ ਹਾਂਜੀ ਲਿਆਓ ਦੱਸੋ ਸਾਡੀ ਕੀ ਜ਼ਰੂਰਤ ਹੈ ਆ ਕੇ ਉਹਨਾਂ ਨੇ ਦਾਲ ਧਰ ਦੇਣੀ ਘਰ ਦੀਆਂ ਸੁਆਣੀਆਂ ਨੂੰ ਤੜਕੇ ਦਾ ਸਮਾਨ ਕੱਟ ਕੇ ਦੇ ਦੇਣਾ ਸੁਆਣੀਆਂ ਭਾਵਕੇ ਘਰ ਦੀਆਂ ਨੂੰਹਾਂ ਜਾਂ ਬਹੂਆਂ ਕਹਿ ਲੋ ਨਾਲ ਹੀ ਉਹਨੇ ਚੌਲ ਆਦਵੀ ਤਿਆਰ ਕਰਨੇ ਸ਼ੁਰੂ ਕਰ ਦੇਣੇ ਵਿੱਚੇ ਉਹਨੇ ਸਾਰੇ ਪਿੰਡ ਵਿੱਚ ਲਾਗੀ ਦਾ ਸੱਤਾ ਵੀ ਦੇਉਣਾ ਹਣਾ ਸਾਰੇ ਪਿੰਡ ਦੇ ਵਿੱਚ ਭਾਵ ਇੱਕ ਮੈਸੈਂਜਰ ਹੁੰਦਾ ਲਾਗੀ ਇੱਕ ਮੈਸੈਂਜਰ ਵੀ ਹੁੰਦਾ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਆਪਾਂ ਕਹਿੰਦੇ ਨਾ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੈਸੇਜ ਪਹੁੰਚਾਉਣ ਵਾਲਾ ਬੰਦਾ ਆਪਣੇ ਕੋਲ ਤਾਂ ਅੱਜ ਕੱਲ ਮੈਸੈਂਜਰ WhatsApp ਇਹ ਸਾਰੇ ਮੈਸੇਜ ਮੈਸੈਂਜਰ ਨੇ ਆਪਣੇ ਹਨਾ ਜੋ ਆਪਣੀਆਂ ਗੱਲਾਂ ਲੋਕਾਂ ਤੱਕ ਪਹੁੰਚਾਉਂਦੇ ਨੇ ਉਦੋਂ ਲਾਗੀ ਹੋਇਆ ਕਰਦੇ ਸੀਗੇ ਕਿ ਜਿਨ੍ਹਾਂ ਨੂੰ ਇੱਕ ਗੱਲ ਬੋਲਣੀ ਉਹਨਾਂ ਨੇ ਸਾਰੇ ਪਿੰਡ 'ਚੋਂ ਗੱਲ ਦੱਸ ਕੇ ਆਉਣੀ ਕਿ ਹਾਂਜੀ ਭਾਈ ਫਲਾਣੇ ਘਰ ਦੇ ਵਿੱਚ ਵਿਆਹ ਹੈ ਜਾਂ ਫਲਾਣੇ ਘਰ 'ਚ ਭੋਗ ਹੈ ਫਲਾਣੇ ਘਰ ਬੱਚਾ ਹੋਇਆ ਤਾਂ ਉਹ ਲਾਗੀ ਜਿੰਨੇ ਵੀ ਪਿੰਡ ਦੇ ਲੋਕ ਹੁੰਦੇ ਸੀ ਉਹਨਾਂ ਨੂੰ ਸੱ ਕੱਟ ਤੇ ਲਾਗੀ ਦਾ ਕੰਮ ਜ਼ਿਆਦਾ ਕਰਦੇ ਕਿਉਂਕਿ ਉਹ ਸਿਰਫ ਦਾਲ ਸਬਜੀ ਜਾਂ ਕਿੜਾ ਖੀਰ ਨਹੀਂ ਸੀ ਬਣਾ ਸਕਦੇ ਬਾਕੀ ਵੀ ਸਾਰਾ ਕੰਮ ਸਪੈਸ਼ਲ ਹਲਵਾਈ ਦੀ ਤਰ੍ਹਾਂ ਉਹ ਨਾਲ ਹੀ ਕਰਵਾ ਦਿੰਦੇ ਪਰ ਉਹ ਜਿੰਨਾ ਵੀ ਕੰਮ ਕਰਦੇ ਉਸ ਕੰਮ ਨੂੰ ਬੜੀ ਇਮਾਨਦਾਰੀ ਨਾਲ ਪੂਰਾ ਕਰਿਆ ਕਰਦੇ ਤੇ ਬੜੇ ਸਿਆਣੇ ਤੇ ਬੜੇ ਭੋਲੇ ਲੋਕ ਹੁੰਦੇ ਸੀ ਉਦੋਂ ਕਹਿੰਦੇ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਜਦੋਂ ਵੀ ਉਹਨੇ ਕਿਸੇ ਨੂੰ ਮਿਲਣਾ ਬੜਾ ਖੁਸ਼ ਹੋ ਕੇ ਮਿਲਦਾ ਉਦੇ ਚਿਹਰੇ ਤੇ ਸਦਾ ਖੁਸ਼ੀ ਝਲਕਦੀ ਰਹਿੰਦੀ। ਸ਼ਾਇਦ ਇਸੇ ਕਰਕੇ ਕਹਿੰਦੇ ਕਿ ਮੈਂ ਆਪਣੀ ਸੁਰਤ ਸੰਭਾਲਣ ਤੋਂ ਲੈ ਕੇ ਸਦਾ ਉਹਨੂੰ ਇੱਕੋ ਰੂਪ ਦੇ ਵਿੱਚ ਤੱਕਦਾ। ਉਹ ਬੇਸ਼ੱਕ ਬੁੱਢਾ ਹੋਇਆ ਪਰ ਸਦਾ ਪਹਿਲਾਂ ਵਾਂਗ ਲੱਗਦਾ। ਜਦੋਂ ਉਹਦੀ ਘਰਵਾਲੀ ਪੂਰੋ ਉਹਦਾ ਸਾਥ ਛੱਡ ਗਈ ਉਸ ਤੋਂ ਬਾਅਦ ਉਹ ਥੋੜਾ ਜਿਹਾ ਉਦਾਸ ਲੱਗਿਆ ਕਰਦਾ ਸੀ ਪਰ ਫਿਰ ਵੀ ਉਹਨੇ ਆਪਣੇ ਅੰਦਰਲੇ ਗਮ ਨੂੰ ਕਿਸੇ ਸਾਹਮਣੇ ਜ਼ਾਹਰ ਨਹੀਂ ਸੀ ਕੀਤਾ। ਬੇਸ਼ੱਕ ਪੂਰੋ ਨੇ ਅਖੀਰਲੇ ਸਾਹਾਂ ਤੱਕ ਬੜਾ ਦੁੱਖ ਦੇਖਿਆ। ਵਿਚਾਰੀ ਨੇ ਮੰਜੇ ਤੇ ਆਪਣੇ 4-5 ਸਾਲ ਗੁਜ਼ਾਰੇ ਸਨ। ਪਰ ਲੈਣਾ ਸਿੰਘ ਨੇ ਆਪਣਾ ਫਰਜ਼ ਤੇ ਕੰਮ ਸਦਾ ਨਿਭਾਇਆ ਜਿਸ ਤਰ੍ਹਾਂ ਪੂਰੋ ਦੇ ਨਾਲ ਹੋ ਕੇ ਨਿਭਾਉਂਦਾ ਸੀ ਉਸੇ ਤਰ੍ਹਾਂ ਉਸ ਤੋਂ ਬਾਅਦ ਵੀ ਨਿਭਾਉਂਦਾ ਆਇਆ ਆਇ ਸਾਲ ਕਣਕਾਂ ਦੀ ਵਾਢੀ ਸਮੇਂ ਖੇਤ-ਖੇਤ ਜਾ ਕੇ ਵਾਢੀਆਂ ਦੇ ਦਾਣੇ ਵਾਲ ਤੇ ਨੋਂ ਕੱਟ ਕਰਿਆ ਕਰਦਾ ਸੀ ਫਿਰ ਹਰ ਘਰ ਤੋਂ ਇੱਕ-ਇੱਕ ਭਰੀ ਕਣਕ ਦੀ ਲੈ ਕੇ ਇਕੱਠੀ ਕਰਿਆ ਕਰਦਾ ਤੇ ਉਸ ਤੋਂ ਬਾਅਦ ਇੱਕੋ ਜਗ੍ਹਾ ਤੇ ਗਾ ਲਿਆ ਕਰਦਾ ਭਾਵ ਕੇ ਉਸੇ ਥਾਂ ਤੇ ਸੁੱਟ ਲਿਆ ਕਰਨਾ ਜਾਂ ਢੇਰੀ ਲਵਾ ਲੈਣੇ ਉਹਨੂੰ ਕਹਾ ਲਿਆ ਕਰਨਾ ਕਹਿੰਦੇ ਹੁੰਦੇ ਨੇ ਦਾਣੇ ਤੇ ਤੂੜੀ ਨੂੰ ਟਰਾਲੀ ਤੇ ਸ਼ਹਿਰ ਆਪਣੇ ਘਰ ਲੈ ਜਾਇਆ ਕਰਦਾ ਸੀ ਕਣਕ ਦੀਆਂ ਭਰੀਆਂ ਇਕੱਠੀਆਂ ਕਰਦਿਆਂ ਉਹ ਚਿੱਟੇ ਕੱਪੜੇ ਤੇ ਚਿੱਟੀ ਪਾਗ ਰੱਖਦਾ ਪਰ ਪਾਗ ਉੱਪਰ ਆਪਣੇ ਮੋਢੇ ਵਾਲਾ ਸਾਫਾ ਵਾਲਿਆ ਕਰਦਾ ਸੀ ਉਹਨੇ ਆਪਣੀ ਸਾਈਕਲ ਸਾਡੀ ਮੋਟਰ ਦੇ ਸਾਹਮਣੇ ਵਾਲੇ ਖੂਹ ਤੇ ਖੜਾ ਕਰ ਦੇਣਾ ਤੇ ਝੋਲੇ ਨੂੰ ਮੋਢੇ ਤੇ ਟੰਕੇ ਆਪ ਉਥੋਂ ਪੈਦਲ ਤੁਰਿਆ ਜਾਣਾ ਰਾਹ ਦੇ ਵਿੱਚ ਮਿਲੇ ਬੰਦਿਆਂ ਦੇ ਵੀ ਵਾਲ ਆਸਵਾਰ ਦੇਣੇ ਤੇ ਬਾਕੀ ਦੇ ਖੂਹ ਤੇ ਜਾ ਕੇ ਆਉਣਾ ਦਿਨ ਦੇ ਵਿੱਚ ਕੁਝ ਕੁ ਕੰਮ ਨਿਬੇੜਦਾ ਸੀ ਕਿਸੇ ਕੋਲੋਂ ਸਾਗ ਲੈ ਆਉਣਾ ਕਿਸੇ ਕੋਲੋਂ ਪੱਠੇ ਕਿਸੇ ਕੋਲੋਂ ਕੁਝ ਨਾ ਕੁਝ ਇਸ ਤਰ੍ਹਾਂ ਉਹ ਆਪਣਾ ਵਧੀਆ guzara ਕਰ ਲੈਂਦਾ ਸੀ ਇੱਕ ਮਹੀਨੇ 'ਚ ਕਹਿੰਦੇ ਕੀ ਹੋਇਆ ਕਿ ਸਾਡੇ ਪਿੰਡ 'ਤੇ ਤੇ तकरीबन 5-7 ਗੇੜੇ ਲੱਗ ਜਾਂਦੇ ਜੇਕਰ ਕਿਸੇ ਕੋਈ ਪ੍ਰੋਗਰਾਮ ਹੋਣਾ ਤਾਂ ਉਹ ਲਗਾਤਾਰ 3-4 ਦਿਨ ਵੀ ਆ ਜਾਂਦਾ ਸੀ ਰੈਗੂਲਰ ਹਰ ਘਰ ਦੀ ਮਾਲੀ ਹਾਲਤ ਦੇ ਹਿਸਾਬ ਨਾਲ ਅਗਲੇ ਦਾ ਡੰਗ ਟਪਾ ਦਿੰਦਾ ਸੀ ਜੇਕਰ ਘਰ ਚੰਗਾ ਸੁਰਦਾ ਪੁੱਜਦਾ ਹੁੰਦਾ ਤਾਂ ਹੱਥ ਖੁੱਲਾ ਰੱਖ ਕੇ ਵਰਤਾ ਦਿੰਦਾ ਸੀ ਤੇ ਜੇਕਰ ਕੰਮਸਾਂ ਗੁਜ਼ਰਿਆ ਹੁੰਦਾ ਤਾਂ ਲੈਣਾ ਸਿੰਘ ਉਹਨਾਂ ਦਾ ਵੀ ਡੰਗ ਟਪਾਉਂਦਾ ਭਾਵੇਂ ਬੰਦੇ-ਬੰਦੇ ਦੇ ਹਿਸਾਬ ਨਾਲ ਕਿ ਜੇ ਕਿਸੇ ਦਾ ਹੱਥ ਖੁੱਲਾ ਹੋਣਾ ਤਾਂ ਉਸ ਹਿਸਾਬ ਨਾਲ ਵਰਤੇ ਆਣਾ ਜੇ ਕੋਈ ਨਹੀਂ ਸੀ ਜ਼ਿਆਦਾ ਕੰਮਕਾਰ ਕਰਵਾ ਸਕਦਾ ਜਾਂ ਦੇ ਸਕਦਾ ਤਾਂ ਉਸ ਦੇ ਕੰਮ ਦੇ ਹਿਸਾਬ ਨਾਲ ਜਾਂ ਬੰਦੇ-ਬੰਦੇ ਦੀ ਹੈਸੀਅਤ ਦੇ ਹਿਸਾਬ ਨਾਲ ਉਹਨੇ ਸਾਰਾ ਕੁਝ ਦੇਖ ਕੇ ਡੰਗ ਟਪਾਇਆ ਨਾ ਅਗਲੇ ਦਾ ਕੰਮ ਸਾਰ ਦੇਣਾ ਕਿਉਂਕਿ ਉਹ ਪਿੰਡ ਦੇ ਜੀ ਜੀ ਦਾ ਵਾਕਫ ਸੀ ਜਿਵੇਂ ਇੱਕ ਮੋਹਰੀ ਬੰਦਾ ਹੁੰਦਾ ਹਨਾ ਪਿੰਡ ਹਰ ਇੱਕ ਪਿੰਡ ਦਾ ਬੰਦਾ ਉਹਨੂੰ ਜਾਣਦਾ ਹੁੰਦਾ ਇਸ ਕਰਕੇ ਹਰ ਇੱਕ ਪਿੰਡ ਦੇ ਜੀ ਦਾ ਉਹ ਵਾਕਫ ਸੀ ਸਾਰੀ ਲੋਕੀ ਨੂੰ ਜਾਣਦਾ ਇਸੀ ਪਿਆਰ ਕਰਦੀ ਸੀ ਉਸੇ ਤਰ੍ਹਾਂ ਹੱਥ ਕਰ ਲਿਆ ਕਰਦਾ ਸੀ ਇਸੇ ਤਰ੍ਹਾਂ ਕੋਈ ਲੈਣਾ ਸਿੰਘ ਨੂੰ ਆਪਣੇ ਦਿਨਸੋਦ ਤੇ ਬੁਲਾ ਲੈਂਦਾ ਲੈਣਾ ਸਿੰਘ ਨੇ ਵਰਤੋਂ ਦੇ ਸਮੇਂ ਵੀ ਖੁਸ਼ ਰਹਿਣਾ ਹਰ ਵੇਲੇ ਹਾ 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 ਕਰਦੇ ਰਹਿਣਾ ਤੜਕੇ ਆ ਕੇ ਵੀ ਕਦੇ ਥੱਕਿਆ ਨਹੀਂ ਸੀ ਉਹ ਸਾਰਾ ਕੰਮ ਪੂਕਤਾ ਆ ਕੇ ਫੇਰ ਹੋ ਜਾਂਦਾ ਸੀ ਕਿਸੇ ਵੀ ਕੰਮ ਨੂੰ ਵਿਚ ਵਿਚਾਲੇ ਜਾਂ ਦੂਰਾ ਛੱਡ ਕੇ ਜਾਣਾ ਲੈਣਾ ਸਿੰਘ ਦੀ ਆਦਤ ਨਹੀਂ ਸੀ ਜੇ ਕਿਸੇ ਦੇ ਮੁੰਡੇ ਦਾ ਵਿਆਹ ਹੋਣਾ ਤੜਕੇ ਆ ਕੇ ਮੁੰਡੇ ਵਾਲਿਆਂ ਨੂੰ ਜੁਗਾ ਦਿੰਦਾ ਸੀ ਤੇ ਜਲਦੀ ਨਾਲ ਸਾਰੇ ਕਾਰਜ ਕਰਨ ਨੂੰ ਕਹਿੰਦਾ ਹੁੰਦਾ ਇਸੇ ਵਿੱਚ ਉਹਨੇ ਬਰਾਤ ਜਾਣ ਵਾਲਿਆਂ ਨੂੰ ਵੀ ਚੇਤਾ ਕਰਵਾ ਦੇਣਾ ਕਿ ਭਾਈ ਤਿਆਰ ਹੋ ਕੇ ਵਕਤ ਨਾਲ ਪਹੁੰਚੋ ਚਾਹ ਪੀ ਕੇ ਬਰਾਤ ਆਣ ਵਾਲੀ ਐ ਬਸ ਤੇ ਕੁੜੀ ਦੇ ਵਿਆਹ ਵਿੱਚ ਵੀ ਲੈਣਾ ਸਿੰਘ ਹਰ ਫਰਜ਼ ਪੂਰੀ ਤਰ੍ਹਾਂ ਨਿਭਾਉਂਦਾ ਕਹਿੰਦੇ ਮੈਂ ਆਮ ਹੀ ਦੇਖਿਆ ਘਰ ਵਾਲੇ ਬੜੀਆਂ ਸਾਰੀਆਂ ਰਸਮਾਂ ਉਹਨੂੰ ਪੁੱਛ ਕੇ ਕਰਿਆ ਕਰਦੇ ਹੁੰਦੇ ਸੀ ਕਿਹੜੀ ਰਸਮ ਕਿਵੇਂ ਕਰਨੀ ਐ ਜੇਕਰ ਕਿਸੇ ਨੇ ਲੈਣਾ ਸਿੰਘ ਨੂੰ ਕੁਝ ਘੱਟ ਵੀ ਦੇ ਦੇਣਾ ਕਦੇ ਉਹ ਬਾਬਰਿਆ ਨਹੀਂ ਸੀ ਸੱਤ ਬਚਨ ਕਾ ਕੇ ਰੱਖ ਲਿਆ ਕਰਦਾ ਕਿ ਜਿੰਨਾ ਜਿਹਨੂੰ ਸਰਦਾ ਕੋਈ ਗੱਲ ਨਹੀਂ ਪਰ ਉਹਨੇ ਕਦੇ ਮੱਥੇ ਵਟ ਨਹੀਂ ਸੀ ਪਾਇਆ ਉਸ ਵਿੱਚ ਸਬਰ ਬੜਾ ਜ਼ਿਆਦਾ ਸ਼ਾਇਦ ਇਸੇ ਕਰਕੇ ਕਹਿੰਦੇ ਉਹ ਖੁਸ਼ ਰਹਿਣ ਵਾਲਾ ਬੰਦਾ ਸੀ ਜੇ ਕਿਸੇ ਦੇ ਦਿਨ ਸੁਤਤੇ ਲੈਣਾ ਸਿੰਘ ਨਾ ਹੁੰਦਾ ਸਾਰੇ ਪਿੰਡ ਦੇ ਸਾਰੇ ਘਰ ਵਾਲਿਆਂ ਨੂੰ ਪੁੱਛਦੇ ਕਿ ਭਾਈ ਲੈਣਾ ਸਿੰਘ ਆਇਆ ਕਿ ਨਹੀਂ ਕੀ ਗੱਲ ਹੋ ਗਈ ਸਾਰੇ ਪਿੰਡ ਦੇ ਵਿੱਚ ਉਹਦਾ ਬੜਾ ਮਾਣ ਸੀ ਬਿਨਾ ਉਹਦੇ ਹਰ ਕਾਰਜ ਦੂਰਾ ਲੱਗਦਾ ਸਾਰੇ ਪਿੰਡ ਗੁਰਦੁਆਰਾ ਸਾਹਿਬੀ ਸਾਲ ਬਾਅਦ ਹੋਣ ਵਾਲੇ ਸੰਤਾਂ ਦੇ ਮੋਚੇ ਭਾਵ ਕੇ ਸਾਲਾਨਾ ਵਰਸੀ ਤੇ ਆਇਆ ਕਰਦਾ ਸੀ ਲੰਗਰ ਦੀ ਦਾਲ ਸਬਜੀ ਚੌਲਾਂ ਦਾ ਝਰਦਾ ਲੈਣਾ ਸਿੰਘੀ ਬਣਾਇਆ ਕਰਦਾ ਇਸ ਬਾਰੇ ਉਹਨੂੰ ਕਹਿਣਾ ਹੀ ਜਿਸ ਮਤਲਬ ਕੀ ਕਹਿਣਾ ਨਹੀਂ ਸੀ ਪੈਂਦਾ ਵੀ ਹਨਾ ਉਹਦਾ ਇੱਕ ਕੰਮ ਆ ਉਹਨੂੰ ਹਰ ਸਾਲ ਹਰ ਚੀਜ਼ ਯਾਦ ਹੁੰਦੀ ਸੀ ਵੀ ਕਿਹੜੀ ਲੋੜ ਵੇਲੇ ਉਹਨੂੰ ਲੋਕਾਂ ਨੇ ਬੁਲਾਉਣਾ ਜਾਂ ਫਿਰ ਉਹਦਾ ਆਪ ਕਿਹੜੀਆਂ ਲੋੜਾਂ ਨੇ ਜਾਂ ਫਿਰ ਆਪ ਉਹ ਕਿਹੜੇ-ਕਿਹੜੇ ਕੰਮ ਉਹਨੇ ਕਰਨੇ ਨੇ ਜਿਹੜੇ ਉਹਨੂੰ ਹੀ ਕਰਨੇ ਨੇ ਲੈਣਾ ਸਿੰਘ ਬੇਸ਼ੱਕ ਆਪ ਲੋਕਾਂ ਦੇ ਵਾਲ ਕੱਟਦਾ ਸੀ ਪਰ ਕਹਿੰਦੇ ਮੈਂ ਕਦੇ ਵੀ ਉਹਦੀ ਦਾੜੀ ਜਾਂ ਸਿਰ ਜਾਂ ਵਾਲਾਂ ਨੂੰ ਕੱਟੇ ਹੋਏ ਨਹੀਂ ਸੀ ਦੇਖਿਆ ਜਿਹਦੇ ਬਾਰੇ ਕਹਿੰਦੇ ਮੈਂ ਅਜੇ ਤੱਕ ਉਹਨੂੰ ਪੁੱਛਿਆ ਨਹੀਂ ਬਤਾਇਆ ਜੀ ਤੁਸੀਂ ਲੋਕਾਂ ਦੇ ਵਾਲ ਤਾਂ ਕੱਟਦੇ ਹੋ ਪਰ ਤੁਹਾਡੇ ਆਪਣੇ ਵਾਲ ਕਦੇ ਮੈਂ ਕੱਟੇ ਨਹੀਂ ਵੇਖੇ ਪਹਿਲਾਂ ਮਨ ਦੇ ਵਿੱਚ ਆਇਆ ਫਿਰ ਪੁੱਛ ਹੀ ਲੇਤਾ ਕਹਿੰਦੇ ਕਿ ਤੁਸੀਂ ਸਦਾ ਦਾੜੀ ਬੰਨ ਕੇ ਰੱਖਦੇ ਹੋ ਸਿਰ ਤੇ ਵਾਲ ਵੀ ਸਾਬਤ ਨੇ ਤਾਂ ਲੈਣਾ ਸਿੰਘ ਨੇ ਬੜਾ ਸੋਚ ਕੇ ਆਖਿਆ ਵੀ ਪੁੱਤਰਾ ਸਵਾਲ ਮੇਰੀ ਜ਼ਿੰਦਗੀ ਵਿੱਚ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਸਾਰੇ ਆਪਣਾ ਸਿਰ ਮੁੰਨਵਾ ਲੈਂਦੇ ਨੇ ਦਾੜੀ ਵੀ ਹਲਕੀ ਕਰਾ ਲੈਂਦੇ ਨੇ ਪਰ ਮੇਰੇ ਬਾਰੇ ਕਦੇ ਨਹੀਂ ਕਿਸੇ ਨੇ ਪੁੱਛਿਆ ਮੈਂ ਕਿਹਾ ਤਾਇਆ ਜੀ ਜੇ ਗੁੱਸਾ ਲੱਗਿਆ ਤਾਂ ਮੈਂ ਮਾਫੀ ਚਾਹਨਾ ਤਾਂ ਉਹਨੇ ਮੈਨੂੰ ਜਫੀ ਵਿੱਚ ਲੈਂਦੇ ਹੋਏ ਕਿਹਾ ਨਹੀਂ ਪੁੱਤਰਾ ਗੱਲ ਗੁੱਸੇ ਦੀ ਨਹੀਂ ਸਗੋਂ ਭਾਵਨਾ ਦੀ ਹੈ ਕਦੇ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਸਾਡੇ ਵਾਲ ਕੱਟਣ ਵਾਲਾ ਆਪਦਾ ਵਾਲ ਕੱਟਦਾ ਨਹੀਂ ਪਰ ਮੇਰੀ ਮਜਬੂਰੀ ਹੈ ਕਿ ਮੈਂ ਕੰਮ ਛੱਡ ਨਹੀਂ ਸਕਦਾ ਕਿਉਂਕਿ ਮੇਰੇ ਪਿਓ ਦਾਦੇ ਦਾ ਕੀਤਾ ਹੈ ਉਹਨਾਂ ਨੇ ਮੈਨੂੰ ਇਹ ਕੈਂਚੀ ਹੱਥ ਫੜਾਈ ਸੀ ਤੇ ਮੇਰੇ ਮਰਨ ਬਾਅਦ ਹੀ ਇਹ ਕੈਂਚੀ ਹੁਣ ਮੇਰੇ ਹੱਥੋਂ ਛੁੱਟ ਗਈ ਫਿਰ ਲੇਖਣ ਵਾਲੇ ਆਖਦੇ ਨੇ ਵੀ ਮੈਂ ਕਿਹਾ ਵੀ ਤੁਹਾਡਾ ਮੁੰਡਾ ਵੀ ਬਾਅਦ ਦੇ ਵਿੱਚ ਇਹੀ ਕੰਮ ਕਰੇਗਾ ਤੋਨੇ ਕਿਹਾ ਪੁੱਤਰ ਮੈਂ ਆਪਣੇ ਮੁੰਡੇ ਨੂੰ ਇਸ ਜੱਦੀ ਕੰਮ ਤੋਂ ਆਜ਼ਾਦ ਕਰ ਦਿੱਤਾ ਉਹ ਇੱਕ ਬੈਂਕ ਦੇ ਵਿੱਚ ਕੰਮ ਕਰਦਾ ਮੈਂ ਲੋਕਾਂ ਦੇ ਘਰਾਂ ਵਿੱਚ ਲਾਗੀ ਦਾ ਕੰਮ ਕਰਕੇ ਨਾਈ ਦੀ ਸੇਪੀ ਕਰਕੇ ਆਪਣੇ ਮੁੰਡੇ ਨੂੰ ਪੜਾਇਆ ਉਹਨੂੰ ਇਸ ਲਈ ਕੀਤਾ ਵੀ ਕੱਲ ਉਹ ਲੋਕਾਂ ਦੇ ਘਰ ਵਿੱਚ ਜਾ ਕੇ ਕੰਮ ਕਰਨ ਦੀ ਬਜਾਏ ਇੱਕ ਵਧੀਆ ਨੌਕਰੀ ਕਰੇ ਘਰ ਘਰ ਜਾਂ ਖੇਤ ਖੇਤ ਹੁਣ ਉਹਨੂੰ ਝਟਕਣ ਦੀ ਲੋੜ ਨਹੀਂ ਐ ਦੂਜੀ ਗੱਲ ਇਹ ਐ ਵੀ ਹੁਣ ਨਾਈਆਂ ਦਾ ਕੰਮ ਦੁਕਾਨਾਂ ਤੇ ਚੱਲਦਾ ਨਾ ਕਿ ਖੇਤਾਂ 'ਚ ਕਿਉਂਕਿ ਜੱਟ ਜ਼ਮੀਨਾਂ ਵੇਚ ਕੇ ਸ਼ਹਿਰਾਂ ਨੂੰ ਤੁਰੇ ਜਾਂਦੇ ਐ ਖੇਤੀ ਦੇ ਭਈਏ ਰਹਿ ਗਏ ਨੇ ਤੇ ਰਹੀ ਗੱਲ ਦੇ ਨਾ ਸੁੱਧਾਂ ਤੇ ਕੰਮ ਕਰਨ ਦੀ ਅੱਧੋ-ਬਹੁਤਾ ਕੰਮ ਤਾਂ ਹਲਵਾਈ ਕਰ ਦਿੰਦੇ ਐ ਬਾਕੀ ਕੰਮ ਹੁੰਦਾ ਸੁੰਦਾ ਪੈਸਾਂ 'ਚ ਇਸੇ ਲਈ ਲਾਗੀ ਪੁਣਾ ਹੀ ਹੁਣ ਰਹਿ ਗਿਆ ਨਹੀਂ ਤੇ ਨਾਈ ਹੁਣ ਕੋਈ ਕਰਦਾ ਤੇ ਉਹ ਵੀ ਹਟ ਜਾਣਾ ਕਿਉਂਕਿ ਮੁੰਡੇ ਕੁੜੀ ਵਿਆਹ ਆਪੇ ਕਰਨ ਲੱਗੇ ਨੇ ਨਾ ਲਾਗੀ ਦੀ ਲੋੜਾ ਨਾ ਪਾਈਆਂ ਦੀ ਲੋੜਾ ਲੋੜ ਬਸ ਵਕੀਲਾਂ ਦੀ ਰਹਿ ਜਾਣੀ ਐ ਪਹਿਲਾਂ ਵਿਆਹ ਕਰਾਉਣ ਨੂੰ ਤੇ ਫਿਰ ਵਿਆਹ ਤੜਵਾਉਣ ਨੂੰ ਲੈਣਾ ਸਿੰਘ ਇਹ ਗੱਲਾਂ ਕਹਿ ਕੇ ਤੁਰ ਗਿਆ ਸੀ ਪਰ ਸੋਚਦਾ ਰਹਿ ਗਿਆ ਕਿ ਕੀ ਇੰਜ ਹੀ ਹੋਇਆ ਕਰੇਗਾ ਕਿ ਸੱਚੀ ਸਾਡਾ ਸਮਾਜ ਨਿਗਰਣ ਨੂੰ ਜਾ ਰਿਹਾ ਹੈ ਕਿ ਸੱਚੀ ਅਸੀਂ ਆਪਣੇ ਵਿਰਸੇ ਤੋਂ ਦੂਰ ਜਾ ਰਹੇ ਹਾਂ ਕਿ ਸੱਚੀ ਅਸੀਂ ਹੁਣ ਵਿਆਹੇ ਹੁੰਦੇ ਕਿ ਵਿਆਹ ਟੁੱਟਦੇ ਦੇਖਾਂਗੇ ਜਾਂ ਅਦਾਲਤਾਂ 'ਚ ਦੇਖਿਆ ਕਰਾਂਗੇ ਮਨ ਦੇ ਵਿੱਚ ਉੱਠਦੇ ਨਾਲ ਸਵਾਲਾਂ ਦੇ ਜਵਾਬ ਉਹਨਾਂ ਬੜੀ ਵਾਰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਮੇਰੀਆਂ ਸੋਚਾਂ ਦੀ ਲੜੀ ਅਦ ਵਿਚਾਲੇ ਟੁੱਟ ਕੇ ਬिखर ਜਾਂਦੀ ਤੇ ਅੱਜ ਲੈਣਾ ਸਿੰਘ ਇਸ ਸੰਸਾਰ ਦੇ ਵਿੱਚ ਨਹੀਂ ਹੈ ਪਰ ਉਹਦੇ ਕਹੇ ਸ਼ਬਦ ਅੱਜ ਵੀ ਮੇਰੇ ਕੰਨਾਂ 'ਚ ਗੂੰਜਦੇ ਨੇ